ਧਰਮਕੋਟ ਦੇ ਕਾਂਗਰਸੀ ਆਗੂ ਦੇ ਉੱਤੇ ਉਸ ਵੇਲੇ ਭੜਕੀ ਭੀੜ ਦੇ ਵੱਲੋਂ ਹਮਲਾ ਬੋਲ ਦਿੱਤਾ ਗਿਆ ਜਦੋਂ ਡੀਜੇ ਦੇ ਦੌਰਾਨ ਗੋਲੀ ਲੱਗਣ ਦੇ ਨਾਲ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰ ਹਸਪਤਾਲ ਦੇ ਬਾਹਰ ਧਰਨਾ ਦੇ ਰਹੇ ਸਨ। ਦਰਅਸਲ ਅੰਦਰ ਖਾਤੇ ਇਹ ਗੱਲ ਉਡਾਈ ਜਾ ਰਹੀ ਹੈ ਕਿ ਕਾਂਗਰਸੀ MLA ਗੋਲੀ ਚਲਾਉਣ ਵਾਲੀ ਧਿਰ ਦਾ ਪੱਖ ਪੂਰਨ ਦੇ ਲਈ ਹੀ ਧਰਨੇ ਦੇ ਵਿੱਚ ਸ਼ਾਮਿਲ ਹੋਏ ਸਨ, ਪਰ ਹੁਣ ਕਾਂਗਰਸੀ ਵਿਧਾਇਕ ਕਾਕਾ ਸਿੰਘ ਲੋਗੜ ਨੇ ਕੈਮਰੇ ਦੇ ਸਾਹਮਣੇ ਆ ਕੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਹਨਾਂ ਕਿਹਾ ਕਿ ਮੈਂ ਉੱਥੇ ਸਿਰਫ ਪਰਿਵਾਰ ਦੀ ਹਮਾਇਤ ਦੇ ਲਈ ਹੀ ਗਿਆ ਸੀ ਤੇ ਉਹ ਦੂਜੀ ਧਿਰ ਨੂੰ ਤਾਂ ਜਾਣਦੇ ਵੀ ਨਹੀਂ। ਉਹਨਾਂ ਕਹਿ ਕੇ ਇਹ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਜਾਣ ਬੁੱਝ ਕੇ ਹੀ ਕੀਤਾ ਜਾ ਰਿਹਾ। ਪਰਸੋਂ ਰਾਤ ਨੂੰ ਇੱਕ ਵਿਆਹ ਦੇ ਸਮਾਗਮ ਦੇ ਵਿੱਚ DJ ਵਾਲੇ ਜਿਹੜੇ ਮੁੰਡੇ ਬੱਚੇ ਸੀਗੇ ਉਹ DJ ਦਾ ਪ੍ਰੋਗਰਾਮ ਕਰਦੇ ਸੀਗੇ ਤੇ ਰਾਤ ਦੇ ਕੋਈ 11-12 ਵਜੇ ਉਹਨਾਂ ਦਾ ਉੱਥੇ ਗੋਲੀ ਵੱਜੀ, ਉਹਦਾ ਕਤਲ ਹੋ ਗਿਆ। ਪਰ ਉਹ ਕਤਲ ਦੇ ਸਬੰਧ ਵਿੱਚ ਕੱਲ ਹੀ ਜਿਹੜੀ ਆ ਸਾਰਾ ਪਰਚਾ ਦਰਜ ਹੋ ਗਿਆ ਸੀ, 175 ਨੰਬਰ FIR, ਉਹਦੇ ਵਿੱਚ 5 ਬੰਦਿਆਂ ਦੇ ਪਰਚਾ ਦਰਜ ਹੋਇਆ ਜਿਹਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਏ, ਅਸਲਾ ਸਾਰਾ ਉਹਨਾਂ ਤੋਂ ਬਰਾਮਦ ਕੀਤਾ ਗਿਆ। ਪਰ ਪੁਲਿਸ ਦੂਜਿਆਂ ਦੀ ਭਾਲ ਵਿੱਚ ਲੱਗੀ ਆ। ਪਰ ਅੱਜ ਜਿਹੜਾ ਉਹਦਾ ਬੱਚੇ ਦਾ ਪੋਸਟਮਾਰਟਮ ਹੋਣਾ ਸੀ ਉਸ ਸਬੰਧ ਦੇ ਵਿੱਚ ਅਸੀਂ ਉੱਥੇ ਗਏ ਸੀ ਪਰਿਵਾਰ ਦੀ ਹਮਦਰਦੀ ਦਾ ਕਰਕੇ। ਪਰ ਜਿਹੜਾ ਅੱਜ ਗਲਤ ਤੂਲ ਦਿੱਤੀ ਜਾ ਰਹੀ ਆ ਵੀ ਮੈਂ ਉਹਨਾਂ ਦੇ ਮੁਰਜ਼ਮਾਂ ਦੇ ਹੱਕ 'ਚ ਆਇਆ ਸੀ, ਮੈਂ ਕਿਸੇ ਨੂੰ ਮੁਰਜ਼ਮ ਦੇ ਨਾਂ ਤੇ ਨਾ ਉਹਨਾਂ ਦੇ ਪਰਿਵਾਰ ਦੇ ਨਾ ਕਿਸੇ ਨੂੰ ਮੈਂ ਉਹਨਾਂ ਨੂੰ ਜਾਣਦਾ ਤੱਕ ਵੀ ਨਹੀਂ, ਸਿਰਫ ਤੇ ਸਿਰਫ ਮੇਰੀ ਇਸੇ ਪਰਿਵਾਰ ਨਾਲ ਹਮਦਰਦੀ ਆ। ਮਹਿੰਦਰ ਸਿੰਘ ਉਹਨਾਂ ਨਾਲ ਅੱਜ ਦਾ ਨਹੀਂ ਬਹੁਤ ਲੰਮੇ ਟਾਈਮ ਤੋਂ ਪਿਆਰ ਆ, ਪਰ ਮੈਂ ਅੱਜ ਵੀ ਇਹ ਕਹਿੰਦਾ ਵੀ ਉਹ ਜਿਹੜਾ ਬੱਚਾ ਗੁਜ਼ਰਿਆ ਬਹੁਤ ਇੱਕ ਮੰਦਭਾਗੀ ਘਟਨਾ ਹੈ, ਮੇਰੀ ਉਹਨਾਂ ਪਰਿਵਾਰ ਨਾਲ ਅਜੇ ਵੀ ਹਮਦਰਦੀ ਆ। ਕਾਕਾ ਲੋਗੜ ਦੇ ਵੱਲੋਂ ਖੁਦ ਕੈਮਰੇ ਦੇ ਸਾਹਮਣੇ ਆ ਕੇ ਆਪਣੇ ਬਚਾਅ ਦੇ ਵਿੱਚ ਕਈਆਂ ਗੱਲਾਂ ਤੇ ਕਿਸ ਪਾਸਿਓਂ ਜਵਾਬ ਆਉਂਦਾ ਹੈ ਇਹ ਸਮਾਂ ਹੀ ਦੱਸੇਗਾ, ਪਰ ਪਹਿਲਾਂ ਹੀ ਇਸ ਘਟਨਾ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਕਾਕਾ ਲੋਗੜ ਦੇ ਹੱਕ ਦੇ ਵਿੱਚ ਭੁਗਤ ਚੁੱਕੇ ਨੇ। ਉੱਥੇ ਅਕਾਲੀ ਦਲ ਦੇ ਵੱਲੋਂ ਤੋਤਾ ਸਿੰਘ ਨੇ ਸਾਰੀ ਗਲਤੀ ਵਿਧਾਇਕ ਕਾਕਾ ਲੋਗੜ ਦੀ ਕੱਢ ਦਿੱਤੀ ਹੈ। ਖੈਰ ਹੁਣ ਇਹ ਪੂਰਾ ਮਾਮਲਾ ਸਿਆਸੀ ਰੰਗਤ ਫੜ ਚੁੱਕਿਆ। ਮੋਗਾ ਤੋਂ ਚਮਕੌਰ ਸਿੰਘ ਲੋਪੋਂ ਦੀ ਰਿਪੋਰਟ, ਪਹਿਰੇਦਾਰ TV।